ਕਰਕੇ ਫਿਰ ਤੁਹਾਨੂੰ ਅੰਕੜੇ ਸੁਭਾਈ ਜਿਵੇਂ ਆ ਸਾਡਾ ਮੁੰਡਾ ਰਿਸ਼ਤੇਦਾਰ ਖੜਾ ਇੱਥੇ ਦੁਨੋਵਾਲ ਵਾਲਾ ਕਿਤੇ ਉਹ ਜੇ ਤੁਸੀਂ ਕਦੇ 10 ਮਿੰਟ ਉਹਨੇ ਬੈਠ ਖੜ ਕੇ ਗੱਲ ਕਰ ਲਓ ਤਾਂ ਇਕੱਲੀ ਇਕੱਲੀ ਚੀਜ਼ ਦਾ ਅੰਕੜਾ ਕੱਢ ਕੇ ਦੱਸ ਦੂ ਵੀ ਮੈਂ ਇੰਨੇ ਥਾਂ ਚੋਂ ਇੰਨੇ ਪੈਸੇ ਕਮਾ ਲਏ ਆਖਰ ਨੂੰ ਕਣਕ ਝੋਨਾ ਕਰਕੇ ਵੀ ਤਾਂ ਆਪਾਂ ਉਨੇ ਪੈਸੇ ਕਮਾਉਣੇ ਆ ਤੇ ਜਿਹੜੀ ਵੱਡੀ ਕੁਰਬਾਨੀ ਅਸੀਂ ਅਗਲੇ ਪੀੜ੍ਹੀ ਵਾਸਤੇ ਕਰਨੀ ਉਹ ਤੋਂ ਅਸੀਂ ਵਾਂਝੇ ਸਾਰੇ ਹੋ ਹੀ ਜਾਂਦੇ ਹਾਂ ਕਿਉਂਕਿ ਅਸੀਂ ਆਪ ਤਾਂ ਕੱਢ ਜਾਂਗੇ ਟਾਈਮ ਪਰ ਅਗਲੇ ਵਾਸਤੇ ਅਸੀਂ ਨਲਕਾ ਲਾਉਣਾ ਵੀ ਸੰਭਵ ਕਰ ਜਾਂਗੇ ਲੱਗਣਾ ਨਹੀਂ ਹੈ ਜਿਹੜੇ ਹਿਸਾਬ ਦੇ ਹੋਣ ਦੇ ਹਾਲਾਤ ਨੇ ਤਾਂ ਚਲੋ ਸਾਨੂੰ ਪਰਮਾਤਮਾ ਨੇ ਇੰਨੀ ਕੁ ਕਿਰਪਾ ਕੀਤੀ ਹੈ ਵੀ ਅਸੀਂ ਥੋੜ੍ਹਾ ਬਹੁਤਾ ਰਿਸਕ ਲੈ ਕੇ ਵੀ ਚੱਲ ਸਕਦੇ ਹਾਂ ਇਸ ਮਾਲ 'ਚ ਜੇ ਕੋਈ ਨਫਾ ਨੁਕਸਾਨ ਪਹਿਲੀ ਗੱਲ ਤਾਂ ਹੁੰਦਾ ਹੀ ਨਹੀਂ ਹੈ ਨੁਕਸਾਨ ਤਾਂ ਹੁੰਦਾ ਹੀ ਨਹੀਂ ਹੈ ਇਸ ਗੱਲ ਦੀ ਤਾਂ ਗਰੰਟੀ ਹੈ ਪਰੰਤੂ ਫਿਰ ਵੀ ਜਦੋਂ ਆਪਾਂ ਲੀਹ ਪਾੜ ਕੇ ਚੱਲਾਂਗੇ ਥੋੜ੍ਹੀਆਂ ਬਹੁਤੀਆਂ ਦਿੱਕਤਾਂ ਜੀਆਂ ਜਾਂ ਜਾਣਕਾਰੀ ਤੋਂ ਲਾ ਲਓ ਤਾਂ ਜਿਹੜੀ ਇਹ ਸਮੁੱਚੀ ਟੀਮ ਸਾਡੇ ਸਤਿਕਾਰਯੋਗ ਸਾਡੇ ਕੋਲੇ ਬੈਠੇ ਨੇ ਇਹ ਹਮੇਸ਼ਾ ਆਪਣੇ ਨਾਲ ਰਹਿਣਗੇ ਅਤੇ ਮੈਂ ਇਹਨਾਂ ਨੂੰ ਵਿਸ਼ਵਾਸ ਦਵਾਉਣਾ ਵੀ ਤੁਸੀਂ ਤੁਹਾਡੀ ਗਾਈਡਲਾਈਨ 'ਤੇ ਚੱਲਦੇ ਹੋਏ ਅਸੀਂ ਆਪਣੇ ਇਲਾਕੇ ਲਈ ਵੀ ਜਿਹੜੇ ਨਾਲ ਆਂਢ ਗੁਆਂਢ ਪਿੰਡ ਦੇ ਕਿਸਾਨਾਂ ਲਈ ਵੀ ਇੱਕ ਇਹੋ ਜਿਹਾ ਮਾਰਗ ਆਪਾਂ ਤੈਅ ਕਰਾਂਗੇ ਜਿਹਤੋਂ ਸਾਰੇ ਅਸੀਂ ਲਾਭ ਉਠਾ ਸਕੀਏ ਅਤੇ ਮੇਰੇ ਕੋਲ ਘਰੇ ਇਕੱਠ ਮੈਂ ਤੁਹਾਡੇ ਨਾਲ ਹੋਰ ਵੀ ਹਲੇ ਆ ਕੇ ਦੁਬਾਰਾ ਲਾਊਂਗਾ 5-10 ਮਿੰਟ ਅਤੇ ਮਾਫ਼ੀ ਚਾਹੁੰਦਾ ਮੇਰੀਆਂ ਥੋੜ੍ਹੇ ਸੰਖੇਪ ਜਿਹੇ ਸ਼ਬਦਾਂ 'ਚ ਮੈਂ ਤੁਹਾਡੇ ਤੋਂ ਮਾਫ਼ੀ ਚਾਹੂੰਗਾ ਕਿਉਂਕਿ ਸੰਗਤ ਘਰੇ ਵਿਹੜਾ ਭਰਿਆ ਪਿਆ ਵਾਰ ਵਾਰ ਉੱਥੋਂ ਮੁਲਾਜ਼ਮਾਂ ਦੇ ਫੋਨ ਆ ਰਿਹਾ ਅਤੇ ਇਹਨਾਂ ਦਾ ਪੂਰੀ ਟੀਮ ਦਾ ਮੈਂ ਹੁਣ ਤਾਂ ਫਿਰ ਧੰਨਵਾਦ ਕਰਦਾ ਜੀ ਤਸੱਲੀ ਨਾਲ ਸਮਝਾ ਦਿਓ ਨਿੱਕੀ ਨਿੱਕੀ ਗੱਲ ਜਿਹੜੀ ਬਰੀਕੀ ਸਤਿ ਸ਼੍ਰੀ ਅਕਾਲ ਇੱਕ ਮਿੰਟ